ਤੁਹਾਡੀ ਕੀ ਮਜਬੂਰੀ ਹੋ ਗਈ ਕਿ ਤੁਹਾਨੂੰ ਇਹਨਾਂ ਦੇ ਨਾਲ ਦੂਜਾ ਵਿਆਹ ਕਰਵਾਉਣਾ ਪੈ ਗਿਆ? ਇਹ ਤਾਂ ਜੋ ਵੀ ਕੰਪਨੀ ਦੇ ਸੀ ਉਹਨਾਂ ਨੇ ਸਾਡੇ ਹਾਲਾਤ ਇੱਦਾਂ ਦੇ ਪੈਦਾ ਕੀਤੇ, ਕਹਿਣ ਲੱਗ ਗਏ ਕਿ ਤੇਰੀ ਉਹਦੇ ਨਾਲ ਗੱਲਬਾਤ ਹੈ, ਸਾਡੀ ਵੀ ਗਾਹਾਂ ਕਰਾਓ। ਕਹਿੰਦੇ ਸੀ ਕਿ ਫੋਨ ਲਾ, ਕੀ ਪਤਾ ਸਾਡੀ ਵੀ ਕਿਤੇ ਗੱਲ ਕਰਾ ਦੇਵੇ। ਤੁਹਾਨੂੰ ਲੇਡੀਜ਼ ਨੇ ਕੁੱਟਿਆ ਸੀਗਾ? ਮੇਲਾ ਕੁੱਟਿਆ ਸੀ, ਲੇਡੀਜ਼ ਨੇ ਮੇਰੇ ਚਪੇੜਾਂ ਮਾਰੀਆਂ। ਅੱਜ ਕੱਲ ਸਮਾਂ ਇਦਾਂ ਦਾ, ਲੇਡੀਜ਼ ਦੀ ਸੁਣਵਾਈ ਬਹੁਤ ਆ ਕਿ ਲੇਡੀਜ਼ ਕੁਛ ਵੀ ਕਹਿ ਦੇਵੇ, ਬੰਦੇ ਦੇ ਐਕਸ਼ਨ ਹੋ ਸਕਦਾ। ਹੁਣ ਪਹਿਲੀ ਜਨਾਨੀ ਆ, ਵਾਈਫ ਕਿਸੇ ਦੀ ਵੀ ਲਾ ਲਈਏ, ਕੋਈ ਵੀ ਆਪਣੇ ਘਰ ਵਾਲੇ ਨੂੰ ਦੂਜੇ ਨਾਲ ਨਹੀਂ ਵੰਡ ਸਕਦੀ। ਇਹਨੂੰ ਵੀ ਭੜਕਾਉਣ ਲੱਗ ਗਏ ਘਰ ਦੇ, ਜਿੱਦਾਂ ਮਾਂ ਬਾਪ ਕਹਿੰਦੇ ਰਹੇ ਤੇ ਉਦੀ ਇਹੀ ਕਰਦੀ ਰਹੀ। ਥੋੜਾ ਦਾ ਝਟਕਾ ਤਾਂ ਲੱਗਦਾ ਵਾ। ਹਾਂਜੀ, ਕਿਉਂਕਿ ਮੇਰਾ ਹਸਬੈਂਡ ਜੋ ਕਿਸੇ ਹੋਰ ਨਾਲ ਵਾ। ਇਹਨਾਂ ਨਾਲ ਮੈਰਿਜ ਕਰਾਉਣ ਤੋਂ ਪਹਿਲਾਂ ਇਹਨਾਂ ਨੇ ਸਾਰਿਆਂ ਨੇ ਫੈਮਿਲੀ ਨੇ ਬਾਅਦ ਵੀ ਸਾਰਿਆਂ ਨੇ ਰੌਲਾ ਪਾਤਾ, ਪਿੰਡ ਵਾਲਿਆਂ ਨੇ ਵੀ ਕਿ ਇਹਨਾਂ ਨੇ ਮੈਰਿਜ ਕਰਾਈ ਹੈ। ਉਦੋਂ ਤੱਕ ਸਾਡੀ ਕੋਈ ਗੱਲਬਾਤ ਨਹੀਂ ਸੀ। ਜਦੋਂ ਇਹਨਾਂ ਤੋਂ ਬਾਅਦ 8 ਮਹੀਨੇ ਤੋਂ ਉੱਪਰ ਹੋ ਗਿਆ ਸੀਗਾ ਕਿ ਸਾਰੀ ਸੈਟਿੰਗ ਕਰਦਿਆਂ ਕਰਦਿਆਂ ਸਮਝਾ ਸਮਝਾ ਕੇ ਥੱਕ ਗਿਆ, ਨਹੀਂ ਇਹ ਸਮਝੇ। ਅਤੇ ਇਹ ਇੱਕ ਦਿਨ ਮੇਰੇ ਕੋਲ ਆਏ, ਕਹਿੰਦੇ ਮੇਰੇ ਤੋਂ ਹੁਣ ਬਰਦਾਸ਼ਤ ਨਹੀਂ ਹੁੰਦਾ, ਮੈਂ ਮਾਲ ਖਾ ਕੇ ਥੱਕ ਗਿਆ ਕਿ ਮੈਂ ਤਾਂ ਆਪਣੀ ਜਾਨ ਦੇਣ ਲੱਗਾ, ਕਿ ਹਜੇ ਵੀ ਮੇਰੇ ਘਰ ਦੇ ਮੇਰੀ ਜਾਨ ਨਹੀਂ ਛੱਡਦੇ ਪਏ। ਪਰ ਕਾਜਲ ਜੀ ਨੇ, ਜਿਹੜੀ ਜਨਾਨੀ ਕਦੀ ਵੀ ਆਪਣਾ ਹਸਬੈਂਡ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੀ, ਤੁਹਾਨੂੰ ਨਹੀਂ ਲੱਗਦਾ ਉਹਨਾਂ ਦਾ ਬਹੁਤ ਵੱਡਾ ਸੈਕਰੀਫਾਈਸ ਹੈ ਉਹਨਾਂ ਨੇ ਆਪਣਾ ਹਸਬੈਂਡ ਤੁਹਾਡੇ ਨਾਲ ਸ਼ੇਅਰ ਕੀਤਾ ਹੈ? ਹਾਂਜੀ, ਮੈਂ ਮੰਨਦੀ ਹਾਂ ਬਹੁਤ ਵੱਡਾ ਸੈਕਰੀਫਾਈਸ ਕੀਤਾ ਹੈ, ਪਰ ਇਸ ਤੋਂ ਵੱਡਾ ਜੇ ਸੋਚਿਆ ਜਾਏ, ਇਹਨਾਂ ਦੀ ਹੀ ਇਹ ਗਲਤੀਆਂ ਪਿੱਛੇ ਮੇਰੀ ਫੈਮਿਲੀ ਮੈਨੂੰ ਛੱਡ ਕੇ ਚਲੀ ਗਈ। ਇਹਦੇ ਜਨਮ ਦਿਨ ਮਨਾਇਆ ਕਿ ਮੇਰੇ ਬੱਚੇ ਵੀ ਨਾਲ ਮੇਰੇ, ਫਿਰ ਗਲੀ ਮੁਹੱਲਾ ਜਿੱਥੇ ਆਪਾਂ ਰਹਿੰਦੇ ਸੀ ਕਿ ਜਿਵੇਂ ਸਟੇਟਸ ਲਾਇਆ ਸੀ, ਫੋਟੋਆਂ ਖਿੱਚੀਆਂ ਸੀ, ਮਤਲਬ ਕਿ ਕੋਈ ਫੋਟੋ ਮੇਰੀ ਇਕੱਲੀ ਦੀ ਨਹੀਂ ਉਹ 'ਚ ਹੈਗੀ ਸੀ, ਕਿ ਜਿਵੇਂ ਹੁਣ ਇਹਨਾਂ ਕੋਲ ਮੇਰਾ ਨੰਬਰ ਸੀਗਾ ਅਤੇ ਨੰਬਰ ਸੀਗਾ, ਕਿਤੇ ਫੋਟੋਆਂ ਕਿਤੇ ਇਹਨਾਂ ਕੋਲ ਸੇਫ ਹੋ ਗਈਆਂ, ਕਿ ਕਿਸੇ ਦਾ ਚੱਕਰ ਕਿਸੇ ਨਾਲ ਚੱਲ ਰਿਹਾ ਹੈ, ਉਹ ਆਪਣੇ ਫੋਨ 'ਚ ਨੰਬਰ ਸੇਫ ਕਰੇਗਾ, ਆਪਣੇ ਫੋਨ 'ਚ ਫੋਟੋਆਂ ਰੱਖੇਗਾ ਕਿਸੇ ਦੀਆਂ? ਅਤੇ ਕਾਜਲ ਨੇ ਅਤੇ ਮੰਮੀ ਜੀ ਨੇ ਦੇਖੀਆਂ, ਇਹਨਾਂ ਨੇ ਇਹ ਨਹੀਂ ਦੇਖਿਆ ਨੂੰ ਸੱਸ ਨੇ ਕਿ ਸਰਦਾਰ ਜੀ ਘਰ ਆ ਜਾਣ, ਕਿ ਉਹਨਾਂ ਨੂੰ ਪੁੱਛੀਏ ਕਿ ਫੋਟੋਆਂ ਕਿਉਂ ਤੇਰੇ ਕੋਲ ਆਈਆਂ ਨੇ, ਇਹਨਾਂ ਨੇ ਕੀ ਕੀਤਾ, ਮੇਰੇ ਭਰਾਵਾਂ ਨੂੰ ਫੋਟੋਆਂ ਪਾਤੀਆਂ। ਅਤੇ ਤੁਹਾਨੂੰ ਲੱਗਿਆ ਕਾਜਲ ਜੀ ਕਿ ਬੇਲਾ ਜੀ ਨੇ ਤੁਹਾਨੂੰ ਧੋਖਾ ਦਿੱਤਾ? ਬੇਲਾ ਭਾਜੀ, ਤੁਸੀਂ ਕਿਵੇਂ ਮਿਲੀ ਸੀਗੀ ਅਤੇ ਤੁਹਾਡੀ ਪਹਿਲੀ ਵੋਟੀ ਕੌਣ ਹੈ? ਪਹਿਲੀ ਵਾਈਫ ਮੇਰੀ ਬੱਗੋ ਕੌਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੋ ਕਿ 8 ਸਾਲ ਪਹਿਲਾਂ ਇਹਨਾਂ ਨੂੰ ਜੋ ਵੀ ਵਿਆਹ ਹੋਇਆ ਸੀ ਮੇਰਾ। ਕਿੰਨੇ ਸਾਲ ਹੋ ਗਏ ਤੁਹਾਡੇ ਪਹਿਲੇ ਵਿਆਹ ਨੂੰ? ਪਹਿਲੇ ਵਿਆਹ ਨੂੰ ਤਕਰੀਬਨ 10 ਸਾਲ ਹੋ ਗਏ। ਅੱਛਾ। ਤੇ ਦੂਜੇ ਵਿਆਹ ਨੂੰ ਤਕਰੀਬਨ 2 ਸਾਲ ਹੋ ਗਏ, ਜੋ 8 ਸਾਲ ਮੇਰੇ ਵਿਆਹ ਨੂੰ ਬੀਤ ਗਏ। ਉਸ ਤੋਂ ਬਾਅਦ ਕੁਝ ਪ੍ਰੋਬਲਮਾਂ ਮੇਰੇ ਨਾਲ ਆਉਣ ਲੱਗ ਗਈਆਂ, ਕੁਝ ਮਜਬੂਰੀਆਂ ਹੀ ਮੇਰੀਆਂ ਇੱਦਾਂ ਦੀਆਂ ਬਣ ਗਈਆਂ, ਜੋ ਕਿ ਜਤਿੰਦਰ ਕੌਰ ਦੂਜੀ ਵਾਰ ਇਹਨਾਂ ਨਾਲ ਮੈਨੂੰ ਵਿਆਹ ਕਰਵਾਉਣਾ ਪਿਆ। ਦੂਜਾ ਵਿਆਹ ਕਰਵਾਉਣ ਦੀ ਤੁਹਾਡੀ ਕੀ ਮਜਬੂਰੀ ਸੀਗੀ? ਮੇਰੀ ਮਜਬੂਰੀ ਇਹੀ ਸੀ ਕਿਉਂਕਿ ਅਸੀਂ ਇੱਕ ਕੰਪਨੀ 'ਚ ਕੰਮ ਕਰਦੇ ਸੀ, ਮੈਂ ਅਤੇ ਜਤਿੰਦਰ ਕੌਰ ਇੱਕੋ ਹੀ ਕੰਪਨੀ 'ਚ ਕੰਮ ਕਰਦੇ ਸੀ। ਕੁਝ ਲੋਕ ਉੱਥੇ ਦੇ ਕੰਪਨੀ ਦੇ ਸਾਨੂੰ ਇੱਕ ਦੂਜੇ ਨਾਲ ਮਿਲਾਪ ਕਰਨ ਲੱਗ ਗਏ ਕਿ ਤੁਸੀਂ ਇੱਕ ਦੂਜੇ ਨਾਲ ਮਿਲਦੇ ਵਰਤਦੇ ਹਾਂ, ਕਿ ਤੁਹਾਡਾ ਆਪਸ 'ਚ ਕੋਈ ਚੱਕਰ ਤਾਂ ਨਹੀਂ? ਹਾਂਜੀ, ਪਹਿਲਾਂ ਵੀ ਅਸੀਂ ਤਕਰੀਬਨ ਜਦੋਂ ਇੱਕ ਦੂਜੇ ਕੰਪਨੀ ਦੇ ਵਿੱਚ ਮੈਡਮ ਤੋਂ ਇਲਾਵਾ ਮੈਂ ਗੱਲ ਨਹੀਂ ਕਰਦਾ ਸੀ। ਮੈਡਮ ਤੁਹਾਡੇ ਕੀ ਸੀਗੇ? ਸਾਡੇ ਉੱਥੇ ਇੰਚਾਰਜ ਸੀ। ਠੀਕ। ਕੋਈ ਵੀ ਕੰਮ ਆਉਂਦਾ ਸੀ ਇਹ ਸਮਝਾਉਂਦੇ ਸੀ ਤੇ ਆਪਾਂ ਉੱਥੇ ਹੈਂਡਲ ਕਰਦੇ ਸੀ। ਠੀਕ ਹੈ ਜੀ।
ਫਿਰ ਤੁਹਾਡੀ ਕੀ ਮਜਬੂਰੀ ਹੋ ਗਈ ਕਿ ਤੁਹਾਨੂੰ ਇਹਨਾਂ ਦੇ ਨਾਲ ਦੂਜਾ ਵਿਆਹ ਕਰਵਾਉਣਾ ਪੈ ਗਿਆ? ਮਜਬੂਰੀ ਤਾਂ ਹੁਣ ਹਾਲਾਤ ਇਹ ਤਾਂ ਜੋ ਵੀ ਕੰਪਨੀ ਦੇ ਸੀ ਉਹਨਾਂ ਨੇ ਸਾਡੇ ਹਾਲਾਤ ਇੱਦਾਂ ਦੇ ਪੈਦਾ ਕੀਤੇ। ਪਹਿਲਾਂ ਤਾਂ ਕਹਿਣ ਲੱਗ ਗਏ ਕਿ ਤੇਰੀ ਉਹਦੇ ਨਾਲ ਗੱਲਬਾਤ ਆ, ਸਾਡੀ ਵੀ ਗਾਹਾਂ ਕਰਾਓ। ਅਸੀਂ ਜਦੋਂ ਇੱਦਾਂ ਦੇ ਹਾਲਾਤਾਂ 'ਚ ਨਹੀਂ ਸੀ ਕਿ ਲੋਕਾਂ ਦੀ ਅਸੀਂ ਗੱਲ ਨਹੀਂ ਮੰਨਦੇ ਸੀ। ਲੋਕ ਕਹਿੰਦੇ ਸੀ ਕਿ ਫੋਨ ਲਾ ਕੀ ਪਤਾ ਸਾਡੀ ਵੀ ਕਿਤੇ ਗੱਲ ਕਰਾ ਦੇਵੇ। ਮੇਰੇ ਇੱਦਾਂ ਦਾ ਇਹਦੇ ਨਾਲ ਕੋਈ ਚੱਕਰ ਨਹੀਂ ਸੀ, ਤਾਂ ਲੇਕਿਨ ਅਸੀਂ ਲੋਕਾਂ ਦੀ ਗੱਲ ਨਹੀਂ ਸੁਣੀ। ਉਹਨਾਂ ਨਾਲ ਹੌਲੀ ਹੌਲੀ ਕਰਦੇ ਕਰਦੇ ਘਰੇ ਤੱਕ ਗੱਲ ਪਹੁੰਚਾਤੀ ਇਹਨਾਂ ਤੱਕ, ਅਤੇ ਇਹਨਾਂ ਤੱਕ ਗੱਲ ਪਹੁੰਚਾਉਂਦੇ ਹੁਣ ਪਹਿਲੀ ਜਨਾਨੀ ਆ। ਵਾਈਫ ਕਿਸੇ ਦੀ ਵੀ ਲਾ ਲਈਏ, ਕੋਈ ਵੀ ਆਪਣੇ ਘਰ ਵਾਲੇ ਨੂੰ ਦੂਜੇ ਨਾਲ ਨਹੀਂ ਵੰਡ ਸਕਦੀ। ਬਿਲਕੁਲ ਸਹੀ, ਮਨ 'ਚ ਤਾਂ ਹੁੰਦਾ ਹੀ ਆ ਕਿ ਹਾਂ ਮੇਰਾ ਘਰ ਕੰਮ 'ਤੇ ਗਿਆ ਵਾ, ਕਿ ਲੋਕ ਮੈਨੂੰ ਇੱਦਾਂ ਫੋਨ 'ਤੇ ਕਹਿੰਦੇ ਆ ਕਿ ਉਹ ਉਹਦੇ ਨਾਲ ਰਹਿੰਦਾ ਜਾਂ ਉਹਦੇ ਨਾਲ ਘੁੰਮਦਾ। ਤਕਰੀਬਨ ਇਹਨੂੰ ਸਾਰਾ ਕੁਝ ਪਤਾ ਸੀ ਕਿ ਡਿਊਟੀ ਬੰਦਾ ਜਾਂਦਾ ਸਵੇਰ ਨੂੰ 9 ਵਜੇ, ਸ਼ਾਮੀ ਆਪਣਾ ਘਰ ਆਉਂਦਾ 8 ਵਜੇ। ਇਹ ਤੋਂ ਵੱਧ ਕੇ ਜਨਾਨੀ ਨੂੰ ਹੋਰ ਕੀ ਕਹਿ ਸਕਦੇ ਆ? ਜਨਾਨੀ ਨਾਲ ਆਪਾਂ ਨੂੰ ਪਹਿਲਾਂ ਤਾਂ ਲੇਕਿਨ ਘਰ ਦੇ ਜਿੱਦਾਂ ਕਹਿੰਦੇ ਰਹੇ ਇਹਨਾਂ ਨੂੰ ਕਿ ਤੁਸੀਂ ਵਾਕਈ ਇੱਕ ਦੂਜੇ ਨਾਲ ਘੁੰਮਦੇ ਆ, ਇਹਨੂੰ ਵੀ ਭੜਕਾਉਣ ਲੱਗ ਗਏ ਘਰ ਦੇ ਕਿ ਉਸ ਟਾਈਮ ਹਾਲਾਤਾਂ ਦੇ ਵਿੱਚ ਇਹ ਜਿੱਦਾਂ ਮਾਂ ਬਾਪ ਕਹਿੰਦੇ ਰਹੇ ਅਤੇ ਉੱਦੀ ਇਹੀ ਕਰਦੀ ਰਹੀ। ਪਰ ਲੇਕਿਨ ਫਿਰ ਮਜਬੂਰੀਆਂ ਤੁਸੀਂ ਆਪ ਹੀ ਦੇਖ ਲਓ ਕਿ ਜਦੋਂ ਜਨਾਨੀ ਨੂੰ ਕਿੱਦਾਂ ਦੇ ਹਾਲਾਤਾਂ 'ਚ ਇਹਨੂੰ ਭੜਕਾਇਆ, ਅਤੇ ਇਹ ਵੀ ਮੈਨੂੰ ਕਹਿਣ ਲੱਗ ਗਈ ਕਿ ਹਾਂ ਕਿ ਵਾਕਈ ਇਹ ਗੱਲ ਸੱਚੀ ਆ। ਮੈਂ ਕਿਹਾ ਜੇ ਇੱਦਾਂ ਦੇ ਹਾਲਾਤ ਤੁਹਾਨੂੰ ਨਜ਼ਰ ਆਉਂਦੇ ਪਏ ਆ, ਆਪਾਂ ਉਹਨੂੰ ਬੁਲਾ ਲੈਂਦੇ ਹਾਂ, ਬੈਠ ਕੇ ਗੱਲ ਕਰ ਲੈਂਦੇ ਹਾਂ। ਪਰ ਲੇਕਿਨ ਮਾਂ ਬਾਪ ਦੀ ਜੋ ਅੰਦਰ ਉਹਨਾਂ ਦੇ ਗੱਲ ਚੱਲ ਰਹੀ ਸੀ ਉਹ ਆਪਾਂ ਨੂੰ ਤਾਂ ਨਹੀਂ ਪਤਾ ਸੀ। ਉਹ ਤਾਂ ਸਾਨੂੰ ਬਾਅਦ 'ਚ ਨਹੀਂ ਐਂਡ 'ਤੇ ਪਤਾ ਲੱਗਿਆ ਕਿ ਉਹ ਕਿਸ ਹਾਲਾਤਾਂ ਤੱਕ ਸਾਨੂੰ ਵਸਾਰੇ ਆ, ਕਿ ਇਹਨਾਂ ਵੀ ਨਹੀਂ ਕੁਝ ਸੋਚਿਆ। ਜੋ ਹਾਲਾਤ ਚੱਲ ਪਏ ਅਤੇ ਇਹ ਮਾਂ ਬਾਪ ਦੀ ਗੱਲ ਮੰਨਣ ਲੱਗ ਗਏ ਕਿ ਇਸ ਕਾਰਨ ਸਾਡੇ ਹਾਲਾਤ ਹੋਰ ਵੱਧਦੇ ਗਏ ਇੱਕ ਦੂਜੇ ਨਾਲ। ਕਿਉਂਕਿ ਮੈਂ ਇਹਨੂੰ ਪਹਿਲੀ ਸਮਝਾ ਤਾ ਸੀ ਕਿ ਮੇਰੇ 2 ਬੱਚੇ ਆ, ਕਿ ਆਪਾਂ ਨਾ ਇਹਨੂੰ ਦੱਸਿਆ ਹੋਇਆ ਸੀਗਾ ਕਿ ਤੁਹਾਡੇ 2 ਬੱਚੇ ਨੇ। ਹਾਂਜੀ, ਮੈਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਸੀ, ਜੋ ਵੀ ਇਹਨੂੰ ਪਤਾ ਸੀ ਇਹਨੂੰ ਦੱਸਿਆ ਵੀ ਸੀ ਕਿ ਇੱਦਾਂ ਦੇ ਹਾਲਾਤ ਘਰ 'ਚ ਅਸੀਂ ਰਹਿੰਦੇ ਹਾਂ, ਜੋ ਗੱਲਬਾਤ ਹੋਈ ਆ। ਇਹ ਤਾਂ ਆਪ ਕਹਿੰਦੀ ਪਈ ਸੀ ਕਿ ਤੇਰੇ ਮਾਂ ਬਾਪ ਨੂੰ ਮੈਂ ਸਮਝਾ ਲੈਂਦੀ ਹਾਂ ਜੇ ਇੱਦਾਂ ਦੀ ਗੱਲ ਲੱਗਦੀ ਆ। ਇਹਨਾਂ ਤਕਰੀਬਨ 2-3 ਵਾਰੀ ਇਹਨਾਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਮਾਂ ਬਾਪ ਨੂੰ, ਪਰ ਲੇਕਿਨ ਮਾਂ ਬਾਪ ਨਾ ਇਹਦੀ ਗੱਲ ਸੁਣੀ, ਕਿਉਂਕਿ ਢਿੱਡੋ ਜੰਮੇ ਬੱਚੇ ਦੀ ਗੱਲ ਨਹੀਂ ਜਦੇ ਸੁਣੀ ਉਹ ਦੂਜੇ ਦੀ ਕੀ ਗੱਲ ਸੁਣੂਗਾ। ਕਿਉਂਕਿ ਮੈਂ ਬਥੇਰੀ ਵਾਰ ਮਾਂ ਬਾਪ ਨੂੰ ਸਮਝਾਇਆ ਸੀ ਕਿ ਮੇਰੇ ਵੱਲ ਦੇਖੋ, ਮੇਰੇ ਬੱਚਿਆਂ ਵੱਲ ਦੇਖੋ, ਮੇਰੀ ਜਨਾਨੀ ਵੱਲ ਦੇਖੋ, ਕਿਉਂ ਤੁਸੀਂ ਉਹਨੂੰ ਭੜਕਾਉਂਦੇ ਪਏ? ਜੇ ਇਹੀ ਮੇਰੇ ਤੋਂ ਵੱਖ ਹੋ ਗਈ ਤੇ ਇਹਦਾ ਇਹਨੂੰ ਵੀ ਲੋਕ ਏਦਾਂ ਕਹਿੰਦੇ ਪਏ ਆ, ਕੱਲ ਇਹਦੀ ਫੈਮਿਲੀ ਛੱਡ ਗਈ ਤੇ ਫਿਰ ਕੀ ਬਣੂਗਾ। ਉਹੀ ਗੱਲ ਹੋਈ, ਉਹਨਾਂ ਨੂੰ ਬਹਾਨਾ ਲੱਭ ਗਿਆ, ਇਹਦੀ ਫੈਮਿਲੀ ਇਹਨੂੰ ਤੋਂ ਦੂਰ ਹੋ ਗਈ, ਤੇ ਉਹਦਾ ਘਰ ਦੇ ਮੈਨੂੰ ਘਰ ਤੋਂ ਕੱਢਣ ਲੱਗ ਗਏ ਕਿ ਹਾਂ ਤੂੰ ਉਹਦੇ ਨਾਲ ਰਹਿਣਾ, ਜਦ ਕਿ ਸਾਡੇ 'ਚ ਇੱਦਾਂ ਦਾ ਕੁਛ ਨਹੀਂ ਸੀ। ਬਿੱਲਾ ਜੀ, ਤੁਸੀਂ ਪਸੰਦ ਕਰਦੇ ਸੀਗੇ ਇਹਨਾਂ ਨੂੰ? ਨਹੀਂ ਜੀ, ਉਸ ਟਾਈਮ ਤਾਂ ਮੇਰੇ ਦਿਲ 'ਚ ਕੁਛ ਨਹੀਂ ਸੀ। ਨਹੀਂ ਸੀਗਾ? ਨਹੀਂ ਸੀ। ਜਤਿੰਦਰ ਜੀ, ਤੁਹਾਨੂੰ ਪਤਾ ਸੀਗਾ ਕਿ ਮੈਰਿਡ ਨੇ, ਇਹਨਾਂ ਦੇ 2 ਬੱਚੇ ਨੇ, ਕੀ ਤੁਸੀਂ ਪਸੰਦ ਕਰਦੇ ਸੀਗੇ ਬਿੱਲਾ ਜੀ ਨੂੰ? ਨਹੀਂ, ਪਸੰਦ ਤਾਂ ਨਹੀਂ ਸੀ ਕਰਦੇ, ਮੈਰਿਜ ਹੈਗੇ ਸੀ। ਤੁਸੀਂ ਮੈਰਿਡ ਸੀਗੇ ਪਹਿਲੇ? ਹਾਂਜੀ, ਮੈਂ ਮੈਰਿਜ ਸੀਗੀ ਤੇ ਕੰਪਨੀ 'ਚ ਅਸੀਂ ਇਕੱਠੇ ਕੰਮ ਕਰਦੇ ਸੀ, ਜਿਵੇਂ ਮੈਂ ਉੱਥੇ ਦੀ ਇੰਚਾਰਜ ਸੀਗੀ। ਕਿ ਇਹਦਾ ਨੰਬਰ ਕਾਫੀ ਜਾਣਿਆਂ ਕੋਲ ਹੈ ਸੀ, ਮੇਰੇ ਕੋਲ, ਮੇਰੇ ਵੀ ਤੇ ਸਾਰਿਆਂ ਕੋਲ, ਤੇ
ਉਹ ਮਤਲਬ ਕਿ ਮੇਰਾ ਬ੍ਰਦਰ ਕੁਆਰਾ ਸੀਗਾ ਉਸ ਟਾਈਮ ਤੇ ਸਾਨੂੰ ਪਤਾ ਲੱਗਾ ਕਿ ਇਹਨਾਂ ਦੇ ਮੰਮੀ ਰਿਸ਼ਤੇ ਕਰਾਉਂਦੇ ਆ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਕੋਈ ਨੀ ਮੈਂ ਘਰ ਗੱਲ ਕਰਦਾ ਵਾ ਤੇ ਮੰਮੀ ਨਾਲ ਫਿਰ ਕਾਜਲ ਵੀ ਮਤਲਬ ਕਿ ਹੈ ਉਹਦਾ ਬੱਗੋ ਨਾਮ ਵੈਸੇ ਮੈਂ ਸ਼ੁਰੂ ਤੋਂ ਕਾਜਲ ਹੀ ਮੈਨੂੰ ਪਤਾ ਮੈਂ ਕਾਜਲ ਹੀ ਕਹਿੰਦੀ ਹਾਂ ਕਿ ਕਾਜਲ ਨੂੰ ਲੈ ਕੇ ਇਹ ਆਏ ਗੁਰਦੁਆਰੇ ਮੈਂ ਤੇ ਮੇਰਾ ਬ੍ਰਦਰ ਵੀ ਆਏ ਕਿ ਦਿਖਾਇਆ ਇਹਨਾਂ ਨੂੰ ਕਿ ਤੁਸੀਂ ਦੇਖੋ ਆਮੋ ਸਾਹਮਣੇ ਹੋ ਕੇ ਦੇਖ ਲਓ ਕਿ ਅੱਗੇ ਰਿਸ਼ਤੇ ਦੀ ਗੱਲ ਚਲਾਈਏ ਉਸ ਤੋਂ ਬਾਅਦ ਫਿਰ ਸਾਡੇ ਘਰ ਮੇਰੀ ਫੈਮਿਲੀ ਵਿੱਚ ਵੀ ਆਏ ਬੱਚਿਆਂ ਨੂੰ ਨਾਲ ਲੈ ਕੇ ਆਏ ਕਿ ਘਰ ਦੇਖਣ ਕਿ ਘਰ ਸਾਰਾ ਕੁਛ ਠੀਕ ਹੈ ਹੁਣ ਜਿਨ੍ਹਾਂ ਨੇ ਧੀ ਦੇਣੀ ਹੁੰਦੀ ਆ ਤਾਂ ਕਹਿੰਦੇ ਸਭ ਕੁਛ ਦੇਖਦੇ ਆ ਮਤਲਬ ਕਿ ਸਾਡੀ ਜ਼ਿਆਦਾ ਅੱਗੇ ਗੱਲ ਵਧੀ ਨਹੀਂ ਸੀ ਇੱਥੇ ਤੱਕ ਹੀ ਗੱਲ ਵਧੀ ਸੀ ਤੇ ਸਾਨੂੰ ਤਾਂ ਕੰਪਨੀ 'ਚ ਆਪਾਂ ਕਿਸੇ ਨੂੰ ਨਹੀਂ ਸੀ ਦੱਸਿਆ ਕਿ ਮੇਰੇ ਬ੍ਰਦਰ ਦਾ ਰਿਸ਼ਤਾ ਕਰਵਾ ਰਹੇ ਕਿ ਹੁਣ ਕਦੀ ਕਿਸੇ ਨੇ ਕੋਈ ਗੱਲ ਪੁੱਛ ਨਹੀਂ ਕਰਨਾ ਫੋਨ ਵੀ ਕਰਦੇ ਸੀਗੇ ਤੇ ਫਿਰ ਕਿੰਨਾ ਜਿਵੇਂ ਇਹਨਾਂ ਦੇ ਦੋਸਤ ਸੀਗੇ ਉਹ ਕਹਿੰਦੇ ਤੇਰੀ ਗੱਲਬਾਤ ਹੈ ਇਹਦੇ ਨਾਲ ਤੂੰ ਫੋਨ ਤੇ ਗੱਲ ਕੀਤੀ ਤੁਹਾਡਾ ਆਪਸ 'ਚ ਕੋਈ ਚੱਕਰ ਹੈ ਹਾਂਜੀ ਕਿ ਮਤਲਬ ਕਿ ਇਹਨਾਂ ਨੂੰ ਕਹਿਣ ਲੱਗ ਪਏ ਕਿ ਮਤਲਬ ਕਿ ਉਦੋਂ ਚੱਕਰ ਦਾ ਨਹੀਂ ਉਹਨਾਂ ਨੇ ਕਿਹਾ ਹੈਗਾ ਕਿ ਉਦਾਂ ਕਹਿੰਦੇ ਕਿ ਤੁਹਾਡੀ ਜਾਣ ਪਛਾਣ ਆ ਕਿ ਚਲੋ ਮੈਡਮ ਆ ਉਹਨਾਂ ਦੇ ਅੰਦਰ ਲੇਡੀਜ਼ ਕੰਮ ਕਰਦੀਆਂ ਨੇ ਕਿ ਤੁਸੀਂ ਉਹਨਾਂ ਨੂੰ ਮੈਡਮ ਨੂੰ ਕਹਿ ਕੇ ਕਿ ਲੇਡੀਜ਼ ਨਾਲ ਕੋਈ ਕਹਵੇ ਕਿ ਕੁਆਰੀ ਕੁੜੀ ਨਾਲ ਗੱਲ ਕਰਾ ਦੇ ਕੋਈ ਕਹਵੇ ਵਿਆਹੀ ਕੁੜੀ ਨਾਲ ਤੇ ਮੈਂ ਤਾਂ ਸਾਫ਼ ਜਵਾਬ ਦੇ ਤਾ ਕਿ ਮੈਂ ਇੱਥੇ ਕੰਮ ਕਰਨ ਆਉਂਦੀ ਹਾਂ ਮੈਂ ਕਿਸੇ ਦੀ ਗੱਲਬਾਤ ਨਹੀਂ ਕਰਾਉਣੀ ਹੈਗੀ ਉਸ ਚੀਜ਼ ਤੋਂ ਉਹਨਾਂ ਨੂੰ ਅੰਦਰ ਅੰਦਰ ਪਤਾ ਨਹੀਂ ਸੀ ਆਪਾਂ ਰੌਲਾ ਨਹੀਂ ਸੀ ਪਾਇਆ ਕਿ ਮੇਰੇ ਬ੍ਰਦਰ ਦਾ ਰਿਸ਼ਤਾ ਕਰਾ ਰਿਹਾ ਉਹ ਉਹਨਾਂ ਨੂੰ ਗਲਤ ਫਹਿਮੀ ਹੋਣ ਕਰਕੇ ਤੇ ਇਸ ਗੱਲ ਤੋਂ ਥੋੜਾ ਜਿਹਾ ਉਹ ਕਰਤਾ ਤੇ ਇਹਨਾਂ ਨੇ ਕੀ ਕੀਤਾ ਕਿ ਥੋੜੇ ਦਿਨ ਬਾਅਦ ਮੇਰਾ ਬਰਥਡੇ ਸੀਗਾ ਕਿ ਮੇਰੀ ਫੈਮਿਲੀ ਨੇ ਜਨਮ ਦਿਨ ਮਨਾਇਆ ਕਿ ਜਿਵੇਂ ਮੇਰੇ ਬੱਚੇ ਸੀ ਨਾਲ ਤੁਹਾਡੇ ਬੱਚੇ ਹੈਗੇ ਨੇ ਹਾਂਜੀ ਕਿੰਨੇ ਬੱਚੇ ਨੇ ਤੁਹਾਡੇ ਦੋ ਬੱਚੇ ਅੱਛਾ ਇੱਕ ਮੁੰਡਾ ਇੱਕ ਕੁੜੀ ਹਾਂਜੀ ਮੁੰਡਾ ਕੁੜੀ ਤੁਸੀਂ ਵਿਆਹੇ ਹੋਏ ਸੀਗੇ ਤੁਹਾਡੇ ਦੋ ਬੱਚੇ ਵੀ ਸੀਗੇ ਹਾਂਜੀ ਠੀਕ ਹੈ ਤੇ ਇਹਦੇ ਜਨਮ ਦਿਨ ਮਨਾਇਆ ਕਿ ਮੇਰੇ ਬੱਚੇ ਵੀ ਨਾਲ ਮੇਰੇ ਫਿਰ ਗਲੀ ਮੁਹੱਲਾ ਜਿੱਥੇ ਆਪਾਂ ਰਹਿੰਦੇ ਸੀ ਸਕੂਲ ਮਤਲਬ ਕਿ ਕੰਪਨੀ 'ਚ ਜਿੱਥੇ ਕੰਮ ਕਰਦੀ ਸੀ ਉੱਥੇ ਤਿੰਨ ਚਾਰ ਫਰੈਂਡ ਮੇਰੀਆਂ ਆਈਆਂ ਸੀਗੀਆਂ ਕਿ ਮੇਰੀ ਭੈਣ ਵੀ ਉਹਨਾਂ ਦੀ ਸਹੁਰੇ ਫੈਮਿਲੀ 'ਚ ਵੀ ਹੈ ਸੀ ਚਾਰ ਪੰਜ ਜਣੇ ਆਏ ਹੋਏ ਕਿ ਜਿਵੇਂ ਸਟੇਟਸ ਲਾਇਆ ਸੀ ਫੋਟੋਆਂ ਖਿੱਚੀਆਂ ਸੀ ਮਤਲਬ ਕਿ ਕੋਈ ਫੋਟੋ ਮੇਰੀ ਇਕੱਲੀ ਦੀ ਨਹੀਂ ਉਹ 'ਚ ਹੈਗੀ ਸੀ ਤੁਹਾਡੀ ਫੈਮਿਲੀ ਪਿਕਚਰ ਸੀ ਹਾਂਜੀ ਫੈਮਿਲੀ ਪਿਕਚਰ ਸੀ ਕਿ ਜਿਵੇਂ ਹੁਣ ਇਹਨਾਂ ਕੋਲ ਮੇਰਾ ਨੰਬਰ ਸੀਗਾ ਤੇ ਨੰਬਰ ਸੀਗਾ ਕਿਤੇ ਫੋਟੋਆਂ ਕਿਤੇ ਇਹਨਾਂ ਕੋਲ ਸੇਫ ਹੋ ਗਈਆਂ ਕਿ ਘਰਦਿਆਂ ਨੇ ਦੇਖਿਆ ਕਿ ਫੋਟੋਆਂ ਆ ਸੇਫ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜਾਂ ਮੇਰੀ ਇਕੱਲੀ ਦੀਆਂ ਇਹਨਾਂ ਕੋਲ ਫੋਟੋਆਂ ਸੇਫ ਹੋ ਜਾਂ ਫਿਰ ਸਾਡੀ ਦੋਵਾਂ ਦੀ ਹੋਣ ਤੇ ਬੰਦਾ ਸ਼ੱਕ ਵੀ ਕਰਦਾ ਤੇ ਹੁਣ ਜੇ ਹਿਸਾਬ ਨਾਲ ਉਦਾਂ ਵੀ ਲਾ ਲਓ ਜੇ ਅਸੀਂ ਕਹਿੰਦੇ ਹਾਂ ਕਿ ਕਿਸੇ ਦਾ ਚੱਕਰ ਕਿਸੇ ਨਾਲ ਚੱਲ ਰਿਹਾ ਹੈ ਉਹ ਆਪਣੇ ਫੋਨ 'ਚ ਨੰਬਰ ਸੇਫ ਕਰੇਗਾ ਆਪਣੇ ਫੋਨ 'ਚ ਫੋਟੋਆਂ ਰੱਖੇਗਾ ਕਿਸੇ ਦੀਆਂ ਜੇ ਕਿਸੇ ਦੀ ਗੱਲਬਾਤ ਹੋਵੇ ਤੇ ਫਿਰ ਸੇਫ ਤਾਂ ਨਹੀਂ ਰੱਖੇਗਾ ਇਹਨਾਂ ਨੂੰ ਪਤਾ ਨਹੀਂ ਸੀ ਉਹ ਫੋਟੋਆਂ ਸੇਫ ਹੋ ਗਈਆਂ ਨੇ ਠੀਕ ਹੈ ਤੇ ਉੱਥੇ ਮਤਲਬ ਕਿ ਮੇਰੀ ਫੈਮਿਲੀ ਦੀਆਂ ਕਿ ਇਹਨਾਂ ਦੀ ਆਪਣੀ ਸਾਰੀ ਫੈਮਿਲੀ ਦੀਆਂ ਵੀ ਫੋਟੋਆਂ ਸੀਗੀਆਂ ਸੇਫ ਹੋਈਆਂ ਪਈਆਂ ਤੇ ਕਾਜਲ ਨੇ ਤੇ ਮੰਮੀ ਜੀ ਨੇ ਦੇਖੀਆਂ ਜਿਵੇਂ ਪਹਿਲਾਂ ਕਾਜਲ ਨੇ ਦੇਖਿਆ ਇਹਨਾਂ ਨੇ ਮੰਮੀ ਨੂੰ ਦੱਸਿਆ ਸੱਸ ਨੂੰ ਦੱਸਿਆ ਕਿ ਏਦਾਂ ਏਦਾਂ ਫੋਟੋਆਂ ਸੇਫ ਹੋਈਆਂ ਪਈਆਂ ਉਹਨੇ ਤੇ ਇਹਨਾਂ ਨੇ ਇਹ ਨਹੀਂ ਦੇਖਿਆ ਨੂੰ ਸੱਸ ਨੇ ਕਿ ਸਰਦਾਰ ਜੀ ਘਰ ਆ ਜਾਣ ਕਿ ਉਹਨਾਂ ਨੂੰ ਪੁੱਛੀਏ ਕਿ ਫੋਟੋਆਂ ਕਿਉਂ ਤੇਰੇ ਕੋਲ ਆਈਆਂ ਨੇ ਇਹ ਕੰਪਨੀ 'ਚ ਸੀ ਇਹਨਾਂ ਨੇ ਕੀ ਕੀਤਾ ਕੁਛ ਪੁੱਛਿਆ ਨੀ ਇਹਨਾਂ ਨੂੰ ਡੀਕਿਆ ਨੀ ਮੇਰੇ ਭਰਾਵਾਂ ਦਾ ਨੰਬਰ ਤਾਂ ਇਹਨਾਂ ਕੋਲ ਹੈ ਹੀ ਸੀ ਰਿਸ਼ਤਾ ਕਰਾ ਰਹੇ ਸੀ ਤੇ ਉਹ ਫਿਰ ਇਹਨਾਂ ਨੇ ਕੀ ਕੀਤਾ ਮੇਰੇ ਭਰਾਵਾਂ ਨੂੰ ਫੋਟੋਆਂ ਪਾਤੀਆਂ ਮੇਰੇ ਭਰਾਵਾਂ ਨੂੰ ਫੋਟੋਆਂ ਪਾ ਕੇ ਤੇ ਉਹਨਾਂ ਨੂੰ ਕਹਿੰਦੇ ਅਸੀਂ ਤਾਂ ਤੇਰਾ ਰਿਸ਼ਤਾ ਕਰਾਉਂਦੇ ਪਏ ਸੀ ਤੇਰੀ ਭੈਣ ਤਾਂ ਮੇਰੇ ਮੁੰਡੇ ਨਾਲ ਰਿਸ਼ਤਾ ਜੋੜਦੀ ਪਈ ਇਹਨਾਂ ਦੀ ਮੰਮੀ ਕਹਿੰਦੇ ਤੇ ਉਸ ਟਾਈਮ ਕਹਿੰਦੇ ਜਦੋਂ ਕੋਈ ਚੀਜ਼ ਪਤਾ ਲੱਗਦੀ ਆ ਇਹਨਾਂ ਨੇ ਵੀ ਗਲਤੀ ਕੀਤੀ ਆ ਉਦੋਂ ਮੇਰੇ ਭਰਾਵਾਂ ਨੇ ਵੀ ਗਲਤੀ ਕੀਤੀ ਆ ਤੇ ਤੁਹਾਨੂੰ ਲੱਗਿਆ ਕਾਜਲ ਜੀ ਕਿ ਬੀਲਾ ਜੀ ਨੇ ਤੁਹਾਨੂੰ ਧੋਖਾ ਦਿੱਤਾ ਹੈ ਨਹੀਂ
ਕਦੀ ਇਹ ਫੀਲਿੰਗ ਨਹੀਂ ਆਈ ਕਿ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਜਾਂ ਵਿਆਹ ਛੁਪਾਇਆ? ਇੱਕ ਸਾਲ ਬਾਅਦ ਤੁਸੀਂ ਦੱਸਿਆ ਥੋੜਾ ਦਾ ਝਟਕਾ ਤਾਂ ਲੱਗਦਾ ਵਾ। ਹਾਂਜੀ, ਮੇਰਾ ਹਸਬੈਂਡ ਜੋ ਕਿਸੇ ਹੋਰ ਨਾਲ ਵਾ। ਹਾਂਜੀ ਹਾਂਜੀ, ਫੇਰ ਇਹਨਾਂ ਸਮਝਾਇਆ ਜਿੱਦਾਂ ਕਿ ਹੁਣ ਘਰ ਦੇ ਤੁਹਾਨੂੰ ਦੱਸਿਆ। ਹਾਂਜੀ, ਤੁਸੀਂ ਤਾਂ ਉਸ ਕਰਕੇ ਇਹਨਾਂ ਨਾਲ ਸਹਿਮਤੀ ਹੋਣੀ ਪਈ। ਕੁਛ ਮੈਂ ਜੇਠ ਨੇ ਵੀ ਥੋੜਾ ਜਿਹਾ ਹੱਥ ਦਬਾਈ ਕਰਤੀ ਇਹਨਾਂ, ਤੇ ਮੈਂ ਸ਼ਹਿਰ ਗਈ ਸੀ ਪੇਕੇ, ਤੇ ਇਹਨਾਂ ਨੇ ਫੋਨ ਕੀਤਾ। ਇਹ ਫੈਕਟਰੀ ਛੁੱਟੀ ਸੀ ਲੈ ਕੇ ਆਏ ਦੁਪਹਿਰੋਂ। ਹਾਂਜੀ, ਦੇਖਣ ਲੱਗ ਗਏ ਇਹਨਾਂ ਬਿਨਾਂ ਵੀਡੀਓ ਕਾਲ ਲਾਦੀ ਵੀ ਬਗਵਾ ਦੇ ਸ਼ਰਟ ਆ ਵਾਲੀ ਠੀਕ ਆ। ਮੈਂ ਕਿਹਾ ਹਾਂਜੀ ਇਹ ਵਾਲੀ ਠੀਕ ਆ, ਇਹ ਲੈ ਲਓ। ਕੋਲ ਦੀ ਇਹਨਾਂ ਵੱਡਾ ਭਰਾ ਨੰਗ ਰਿਹਾ ਸੀ, ਤੇ ਕਹਿੰਦਾ ਉਹ ਮੇਰੀ ਵੀਡੀਓ ਬਣਾ ਰਿਹਾ ਵਾ। ਵੀਡੀਓ ਬਣਾ ਕੇ ਇਹਦੇ ਭਰਾ ਨੇ ਉੱਥੇ ਮੋਟਰਸਾਈਕਲ ਰੋਕ ਲਿਆ, ਜਿਹੜੀ ਪਿੱਛੇ ਲੇਡੀ ਸੀ ਬੈਠੀ ਸੀ ਉਹਨਾਂ ਨੇ ਵੀ ਰੱਖੀ ਹੋਈ ਸੀ, ਤੇ ਉਹਨਾਂ ਨੇ ਇਹਦੇ ਬਾਲ ਪਹਿਲਾਂ ਪਰਨਾ ਲਾ ਕੇ ਸੁੱਟਿਆ ਇਹਨਾਂ ਦਾ, ਸਰਦਾਰ ਜੀ ਦਾ। ਠੀਕ ਹੈ, ਤੇ ਬੜੇ ਭਾਈ ਨੇ ਹੱਥ ਫੜ ਲਏ। ਫਿਰ ਉਹ ਕਹਿੰਦੇ ਚਪੇੜਾ ਮਾਰ ਵੀ ਲੇਡੀਜ਼ ਦੀ ਸੁਣਵਾਈ ਜ਼ਿਆਦਾ ਹੁੰਦੀ ਹੈ ਪੁਲਿਸ ਦੇ ਵਿੱਚ। ਤੁਹਾਨੂੰ ਲੇਡੀਜ਼ ਨੇ ਕੁੱਟਿਆ ਸੀਗਾ? ਮਿਲਾ ਚ ਬਹੁਤ ਕੁੱਟਿਆ ਸੀ, ਤਕਰੀਬਨ ਹੱਥ ਪੈਰ ਸਾਰੇ, ਮੂੰਹ ਸਾਰਾ ਛਿੱਲਿਆ ਪਿਆ ਸੀ, ਬਾਲ ਸਾਰੇ ਤੋੜ ਲਏ। ਤੇ ਉਸ ਲੇਡੀਜ਼ ਨੇ ਮੇਰੇ ਚਪੇੜਾ ਮਾਰੀਆਂ, ਤੇ ਵੱਡਾ ਭਰਾ ਕਹਿੰਦਾ ਪਿਆ ਅੱਜ ਕੱਲ ਸਮਾਂ ਇਦਾਂ ਦਾ, ਲੇਡੀਜ਼ ਦੀ ਸੁਣਵਾਈ ਬਹੁਤ ਆ ਕਿ ਲੇਡੀਜ਼ ਕੁਛ ਵੀ ਕਹਿ ਦੇਵੇ ਤੇ ਬੰਦੇ ਤੇ ਐਕਸ਼ਨ ਹੋ ਸਕਦਾ। ਮੈਂ ਕਿਉਂਕਿ ਉਸ ਟਾਈਮ ਮਨ ਨੂੰ ਸਮਝਾਇਆ, ਕਿਉਂਕਿ ਜੇ ਮੈਂ ਚੋਰ ਹੁੰਦਾ ਮੈਂ ਮੇਰੀ ਜਨਾਨੀ ਨੂੰ ਕਾਹਦੇ ਕਰਨਾ ਕੁਛ, ਕਿਉਂਕਿ ਮੈਂ ਉਸ ਟਾਈਮ ਇਹ ਪੇਕੇ ਗਈ ਸੀ ਤੇ ਮੈਂ ਇਹਨੂੰ ਵੀਡੀਓ ਕਾਲ ਤੇ ਗੱਲ ਕਰਦਾ ਪਿਆ ਸੀ। ਮੈਂ ਕਿਹਾ ਦੇਖ ਮੈਂ ਤੈਨੂੰ ਲੈਣ ਆਣਾ, ਕੱਪੜਾ ਕੋਈ ਚਾਹੀਦਾ ਹੋਵੇ, ਚੱਲ ਟੀ ਸ਼ਰਟ ਇੱਕ ਅੱਧੀ ਲੈ ਲਵਾਂ। ਇਹਨੂੰ ਮੈਂ ਦਿਖਾਉਂਦਾ ਪਿਆ ਸੀ, ਵੱਡਾ ਭਰਾ ਮੇਰਾ ਲੰਘਿਆ ਲੇਡੀਜ਼ ਨੂੰ ਲੈ ਕੇ, ਮੈਂ ਨੀ ਦੇਖਿਆ ਕਿ ਉਹ ਮੇਰੇ ਕੋਲ ਦੀ ਲੰਘਿਆ। ਜਦੋਂ ਉਹ ਮੇਰੇ ਕੋਲ ਦੀ ਲੰਘਿਆ, ਉਹਨਾਂ ਦੇਖਿਆ ਮੋਬਾਈਲ ਹੱਥ 'ਚ ਕਿ ਵੀਡੀਓ ਬਣਾਉਂਦਾ, ਉਹ ਮੇਰੇ ਆ ਕੇ ਨਾ ਬਾਥੂ ਪੈ ਗਿਆ, ਕਹਿੰਦਾ ਤੂੰ ਤੂੰ ਮੇਰੀ ਵੀਡੀਓ ਬਣਾਉਣਾ। ਮੰਨਦੇ ਆ ਵੱਡਾ ਭਾਈ ਸੀ, ਜੇ ਏਦਾਂ ਦੀ ਉਹਦੇ ਦਿਲ ਚ ਹੁੰਦੀ ਤੂੰ ਸਿੱਧਾ ਮੈਨੂੰ ਪੁੱਛ ਲੈ। ਉਹ ਫਰੰਟ ਕਰਕੇ ਏਦਾਂ ਬਣਾ ਦਿਖਾ ਰਹੇ ਸੀ ਨਾ, ਉਹਦੇ ਸਾਹਮਣੇ ਬੈਗ ਪਿੱਛੇ ਵੀਡੀਓ ਬਣਾਈ ਹੋਣਾ, ਤੇ ਉਹ ਸਿੱਧਾ ਆ ਕੇ ਮੈਨੂੰ ਪੁੱਛਦਾ। ਚੱਲ ਮੈਂ ਆਪਣੇ ਮਨ ਨੂੰ ਸਮਝਾਉਂਦਾ ਕਿ ਹਾਂ ਵੱਡਾ ਭਾਈ ਆ, ਉਹਨਾਂ ਸਿੱਧਾ ਆ ਕੇ ਪੁੱਛਿਆ। ਪਹਿਲੀ ਗੱਲ ਮੈਨੂੰ ਘਰ ਤੇ ਦੱਸਣ ਦੀ ਕੀ ਲੋੜ ਸੀ ਕਿ ਉਹ ਕਿਸੇ ਦੂਜੀ ਜਨਾਨੀ ਨਾਲ ਘੁੰਮਦਾ ਫਿਰਦਾ, ਮੈਨੂੰ ਨੀ ਦਿੰਦਾ। ਮੈਂ ਅਗਲੇ ਦੇ ਘਰੇ ਦੱਸੂਗਾ, ਉਹਦਾ ਘਰ ਉੱਜੜ ਜਾਓ ਕਿ ਕੋਈ ਵੀ ਗੱਲ ਹੁੰਦੀ ਮੈਂ ਉਹਨੂੰ ਸਿੱਧਾ ਡਾਇਰੈਕਟ ਬਾਅਦ ਚ ਨੀ ਸਮਝਾ ਲੈਂਦਾ ਕਿ ਭਾਜੀ ਤੂੰ ਇਹ ਕੰਮ ਗਲਤ ਕਰ ਰਿਹਾ, ਤੂੰ ਆਪਦੀ ਫੈਮਿਲੀ ਦੇਖ ਜੋ ਵੀ ਹੈ। ਉਲਟਾ ਮੈਨੂੰ ਗੱਲ ਪੈ ਗਿਆ, ਮੈਨੂੰ ਕੁੱਟਿਆ ਮਾਰਿਆ ਉਹਨਾਂ ਨਾਲ ਦੋਵਾਂ ਨਾਲ। ਘਰੇ ਗਿਆ, ਇਹਨਾਂ ਫੋਨ ਕੀਤਾ ਮੇਰੇ ਡੈਡੀ ਨੂੰ, ਮੈਂ ਘਰੇ ਬੈਠੇ ਪੇਕੇ ਬੈਠੇ ਫੋਨ ਕੀਤਾ ਡੈਡੀ ਨੂੰ, ਡੈਡੀ ਜੀ ਇੱਦਾਂ ਤੱਕ ਇੱਕ ਗੱਲ ਆ ਵੀ ਭਾਜੀ ਨੇ ਇਹਨਾਂ ਨੂੰ ਇੱਦਾਂ ਕਟਵਾਇਆ ਵਾ ਸਾਰਾ ਸਿਰ ਮੂੰਹ। ਮੈਂ ਕਿਹਾ ਬਾਲ ਸਾਰੇ ਖਰੀਦ ਪਏ ਮੈਂ ਦੇਖਿਆ, ਤੇ ਡੈਡੀ ਕਹਿੰਦੇ ਮੈਂ ਤਾਂ ਹੁਣ ਡਿਊਟੀ ਤੇ ਮੈਂ ਤਾਂ ਹੁਣ ਕੁਛ ਨੀ ਕਰ ਸਕਦਾ। ਮੈਂ ਚਲੋ ਠੀਕ ਆ, ਫਿਰ ਮੈਂ ਇਹਨਾਂ ਨਾਨ ਦੇ ਮੁੰਡੇ ਨੂੰ ਫੋਨ ਕੀਤਾ, ਮੈਂ ਬਾਬੀ ਇੱਦਾਂ ਇੱਦਾਂ ਕਰਕੇ ਕੱਲ ਤੇ ਬੜੇ ਮਾਮੇ ਛੋਟੇ ਮਾਮੇ ਨੂੰ ਕਟਵਾਇਆ। ਕਹਿੰਦਾ ਕੋਈ ਨਾ ਮਾਮੀ ਮੈਂ ਆਉਂਦਾ, ਉਹ ਤਿੰਨ ਚਾਰ ਬੰਦੇ ਮੁੰਡੇ ਲੈ ਕੇ ਆ ਗਿਆ। ਫਿਰ ਇਹਨਾਂ ਨੇ ਫੋਨ ਕੀਤਾ, ਮੈਂ ਤਾਂ ਮੈਂ ਘਰ ਨੂੰ ਜਾ ਰਿਹਾ, ਫਿਰ ਮੈਂ ਉਹਨੂੰ ਫੋਨ ਕੀਤਾ ਮੈਂ ਤੂੰ ਘਰ ਨੂੰ ਜਾ ਤੇ ਮਾਮਾ ਘਰ ਨੂੰ ਆ ਰਿਹਾ। ਫਿਰ ਮੈਂ ਵੀ ਖੜੇ ਪੈਰ 300 ਅੱਧੀ ਰਾਤ ਨੂੰ 9 ਵਜੇ ਟੈਂਪੂ ਕਰਕੇ ਆਈ 300 ਦਾ, ਤੇ ਫਿਰ ਅੱਧੀ ਜਾ ਕੇ ਫਿਰ ਮੈਂ ਪਹਿਲਾਂ ਵੱਡੀ ਵੱਲ ਜਾ ਕੇ ਦੀਦੀ ਵੱਲ, ਮੈਂ ਕਿਹਾ ਦੀਦੀ ਇੱਦਾਂ ਦਾ ਗੱਲ ਆ ਫਿਰ ਭਾਜੀ ਨੂੰ ਕੁੱਟਿਆ ਵੀ ਚੰਗੀ ਗੱਲ ਇਹਦੇ ਵਾਸਤੇ ਵੀ ਭਰਾ ਨੂੰ ਸ਼ਰਮ ਚੋ ਇਕੱਲਾ ਕਹਿ ਦਿੰਦਾ ਉਹ ਕੋਈ ਗੱਲ ਨੀ ਸੀ, ਕਿ ਬਗਾਨੀ ਤੀਮੀ ਦੇ ਕਟਵਾਉਂਦੇ ਚੰਗੀ ਗੱਲ ਸੀ। ਜਤਿੰਦਰ ਜੀ ਤੁਹਾਨੂੰ ਬਿਲਾ ਜੀ ਕਿੱਥੇ ਮਿਲੇ? ਪਹਿਲੀ ਵਾਰ ਤਾਂ ਕੰਪਨੀ ਚ ਦੇਖਿਆ ਸੀ। ਕੰਪਨੀ ਚ? ਹਾਂਜੀ। ਤੇ ਤੁਸੀਂ ਤਾਂ ਉਹਨਾਂ ਨੂੰ ਮਤਲਬ ਸਿਰਫ ਐਜ਼ ਐਨ ਇੰਪਲੋਈ ਦੀ ਤੌਰ ਤੇ ਹਮੇਸ਼ਾ ਸਮਝਦੇ ਸੀਗੇ, ਤੇ ਤੁਹਾਨੂੰ ਪਸੰਦ ਵੀ ਨਹੀਂ ਸੀਗੇ? ਪਸੰਦ ਨਹੀਂ, ਜਦ ਅਸੀਂ ਇੰਪਲੋਈ ਦੀ ਤਰ੍ਹਾਂ ਕੰਮ ਇੱਕ ਦੂਜੇ ਕੋਲ, ਉੱਥੇ ਤਾਂ ਉਹਨਾਂ ਜ਼ਿਆਦਾ ਦੁਨੀਆ ਹੁੰਦੀ ਆ ਕੰਪਨੀਆਂ ਚ। ਬਿਲਕੁਲ, ਅਸੀਂ ਜੇ ਇਦਾਂ ਗਲਤ ਨਜ਼ਰ ਨਾਲ ਕਿਸੇ ਨੂੰ ਦੇਖਾਂਗੇ ਉਹ ਤਾਂ ਆਪਣੀ ਬੇਵਕੂਫੀ। ਬਿਲਕੁਲ ਬਿਲਕੁਲ,
ਜਤਿੰਦਰ ਜੀ, ਤੁਸੀਂ ਇਹਨਾਂ ਦੇ ਵਿਆਹ ਨੂੰ 8 ਸਾਲ ਹੋ ਗਏ ਸੀ ਤੇ ਤੁਹਾਨੂੰ ਇਹਨਾਂ ਦੀ ਲਾਈਫ 'ਚ ਤੁਸੀਂ ਐਂਟਰ ਕੀਤੇ, ਕੀ ਲੋਕੀ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਇਹਨਾਂ ਦਾ ਘਰ ਤੋੜਤਾ, ਜਾਂ ਕਈ ਤੁਹਾਨੂੰ ਟੈਗ ਮਿਲਦੇ ਹੋਣਗੇ ਕਿ ਤੁਸੀਂ ਰਾਹ ਚੱਲਦੇ ਵੀ ਲੋਕੀ ਤੁਹਾਨੂੰ ਕਮੈਂਟ ਕਰ ਦਿੰਦੇ ਹੋਣਗੇ ਕਿ ਜਤਿੰਦਰ ਤੂੰ ਘਰ ਤੋੜਨ ਵਾਲੀ ਜਨਾਨੀ ਹੈ, ਤੁਹਾਨੂੰ ਕਿਹੋ ਜਿਹਾ ਲੱਗਦਾ ਤਦ? ਬਹੁਤ ਅਜੀਬ ਲੱਗਦਾ, ਪਰ ਮੈਂ ਅਗਲਿਆਂ ਨੂੰ ਉਹਦੇ ਇਹ ਜਵਾਬ ਦਿੰਦੀ ਹਾਂ, ਮੈਨੂੰ ਤਾਂ ਕੋਈ ਕਹਿ ਸਕਦਾ ਕਿ ਮੈਂ ਘਰ ਤੋੜਿਆ? ਉਸ ਇਹਨਾਂ ਨਾਲ ਮੈਰਿਜ ਕਰਾਉਣ ਤੋਂ ਪਹਿਲਾਂ ਇਹਨਾਂ ਨੇ ਸਾਰਿਆਂ ਨੇ ਫੈਮਿਲੀ ਨੇ ਬਾਅਦ ਵੀ ਸਾਰਿਆਂ ਨੇ ਰੌਲਾ ਪਾਤਾ, ਪਿੰਡ ਵਾਲਿਆਂ ਨੇ ਵੀ ਕਿ ਇਹਨਾਂ ਨੇ ਮੈਰਿਜ ਕਰਾਈ ਹੈ। ਉਦੋਂ ਤੱਕ ਸਾਡੀ ਕੋਈ ਗੱਲਬਾਤ ਨਹੀਂ ਸੀ ਕਿ ਫੈਮਿਲੀ 'ਚ ਸਾਰਿਆਂ ਨੇ ਰੌਲਾ ਪਾਇਆ ਕਿ ਹਾਂ ਇਹਨਾਂ ਨੇ ਮੈਰਿਜ ਕਰਾਈ ਆ। ਠੀਕ ਹੈ। ਜਦੋਂ ਇਹਨਾਂ ਤੋਂ ਬਾਅਦ 8 ਮਹੀਨੇ ਤੋਂ ਉੱਪਰ ਹੋ ਗਿਆ ਸੀਗਾ ਕਿ ਸਾਰੀ ਸੈਟਿੰਗ ਕਰਦਿਆਂ ਕਰਦਿਆਂ ਸਮਝਾ ਸਮਝਾ ਕੇ ਥੱਕ ਗਿਆ, ਨਹੀਂ ਇਹ ਸਮਝੇ, ਤੇ ਇੱਕ ਦਿਨ ਮੇਰੇ ਕੋਲ ਆਏ ਕਹਿੰਦੇ ਮੈਂ ਤਾਂ ਹੁਣ ਬਰਦਾਸ਼ਤ ਨਹੀਂ ਹੁੰਦਾ, ਮੈਂ ਮਾਲ ਖਾ ਖਾ ਕੇ ਥੱਕ ਗਿਆ ਕਿ ਮੈਂ ਤਾਂ ਆਪਣੀ ਜਾਨ ਦੇਣ ਲੱਗਾ ਕਿ ਹਜੇ ਵੀ ਮੇਰੇ ਘਰ ਦੇ ਮੇਰੀ ਜਾਨ ਨਹੀਂ ਛੱਡਦੇ ਪਏ। ਬਿਰਲਾ ਜੀ ਇਹ ਕਹਿਣਾ ਚਾਹੁੰਦੇ ਸੀ ਕਿ ਉਹ ਆਪਣੀ ਜਾਨ ਦੇ ਰਹੇ ਨੇ। ਫਿਰ ਫਿਰ ਕਿ ਮੇਰੇ ਨਾਲ ਵੀ ਹਾਲਾਤ ਇਹਨਾਂ ਦੀ ਫੈਮਿਲੀ ਨੇ ਇਹ ਕਰਤੇ, ਚਲੋ ਮੇਰੇ ਬ੍ਰਦਰ ਨੇ ਦੋ ਗਲਤੀਆਂ ਕੀਤੀਆਂ, ਇੱਕ ਇਹੀ ਫੋਟੋਆਂ ਵਾਲੀ ਗੱਲ ਤੇ ਇੱਕ ਜਦੋਂ ਬਾਅਦ 'ਚ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਅਸੀਂ ਚਾਰ ਭੈਣ ਭਰਾ ਵਾਂ, ਉਹਨਾਂ ਦੀ ਫੈਮਿਲੀ ਨੂੰ ਦੋ ਚਾਰ ਜਣਿਆਂ ਨੂੰ ਲੈਂਦੇ ਹਾਂ, ਇਕੱਠੇ ਬਹਿ ਕੇ ਗੱਲ ਕਰਦੇ ਹਾਂ ਕਿ ਸਾਡੇ 'ਚ ਕੋਈ ਚੀਜ਼ ਇੱਦਾਂ ਦੀ ਲਿੰਕ ਨਹੀਂ ਹੈਗਾ, ਪਰ ਉਦੋਂ ਵੀ ਉਹਨਾਂ ਨੇ ਨਹੀਂ ਸੁਣੀ। ਜੇ ਉਦੋਂ ਹੀ ਉਹ ਮੇਰੀ ਸੁਣਦੇ ਨਾਲ ਤੁਰ ਪੈਂਦੇ ਨਾ ਕਿ ਅੱਗੇ ਗੱਲ ਵਧਣੀ ਨਹੀਂ ਸੀ। ਉਹਨਾਂ ਨੇ ਆਹ ਦੋ ਗਲਤੀਆਂ ਕੀਤੀਆਂ, ਬਸ ਮੈਂ ਇਹਨਾਂ ਦੀ ਰਿਸ਼ਤਾ ਤੋੜ ਦਿੱਤਾ ਉਹਨਾਂ ਨੇ। ਠੀਕ ਆ, ਮੇਰੀ ਫੈਮਿਲੀ ਤਾਂ ਹੈ ਹੀ ਪਹਿਲਾਂ ਸ਼ੁਰੂ ਤੋਂ ਕਿ ਮੈਂ ਗਰੀਬ ਘਰ ਦੀ ਕੁੜੀ ਸੀ ਅਤੇ ਬਾਕੀ ਜਿਹੜੀਆਂ ਆਈਆਂ ਸੀ ਉਹ ਸਹੀ ਘਰ ਦੀਆਂ ਸੀ ਮੇਰੀਆਂ ਜਠਾਣੀਆਂ, ਅਤੇ ਮੈਨੂੰ ਸ਼ੁਰੂ ਤੋਂ ਹੀ ਮੇਰੇ ਸਹੁਰੇ ਕਿ ਕੁਛ ਸਮਝਦੇ ਨਹੀਂ ਸੀਗੇ ਫੈਮਿਲੀ 'ਚ, ਕਿਉਂਕਿ ਮੇਰੇ ਜਿਹੜੇ ਪਹਿਲੇ ਹਸਬੈਂਡ ਸੀ ਉਹ ਕੰਮ ਕਾਰ ਕੁਛ ਨਹੀਂ ਸੀ ਕਰਦੇ ਕਿ ਸਾਰਿਆਂ ਤੋਂ ਬਾਕੀ ਭਰਾਵਾਂ ਤੋਂ ਥੱਲੇ ਸੀ ਉਹ। ਪਰ ਕਾਜਲ ਜੀ ਨੇ, ਜਿਹੜੀ ਜਨਾਨੀ ਕਦੀ ਵੀ ਆਪਣਾ ਹਸਬੈਂਡ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੀ, ਤੁਹਾਨੂੰ ਨਹੀਂ ਲੱਗਦਾ ਉਹਨਾਂ ਦਾ ਬਹੁਤ ਵੱਡਾ ਸੈਕਰੀਫਾਈਜ਼ ਹੈ ਉਹਨਾਂ ਨੇ ਆਪਣਾ ਹਸਬੈਂਡ ਤੁਹਾਡੇ ਨਾਲ ਸ਼ੇਅਰ ਕੀਤਾ? ਹਾਂਜੀ ਮੈਂ ਮੰਨਦੀ ਹਾਂ ਬਹੁਤ ਵੱਡਾ ਸੈਕਰੀਫਾਈਜ਼ ਕੀਤਾ ਹੈ, ਪਰ ਇਸ ਤੋਂ ਵੱਡਾ ਜੇ ਸੋਚਿਆ ਜਾਏ ਕਿ ਇਹਨਾਂ ਪਿੱਛੇ ਹੀ ਮੰਨਦੀ ਹਾਂ, ਮੇਰੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਪਿੱਛੇ ਕਿ ਮੈਂ ਕਿਵੇਂ ਬੱਚਿਆਂ ਨੂੰ ਪਾਲਿਆ ਜਾਂ ਕੁਛ ਵੀ ਆ, ਪਰ ਮੈਂ ਫਿਰ ਵੀ ਐਡਜਸਟ ਕਰਦੀ ਰਹੀ ਸੀ, ਪਰ ਇਹਨਾਂ ਦੀ ਹੀ ਇਹੀ ਗਲਤੀਆਂ ਪਿੱਛੇ ਮੇਰੀ ਫੈਮਿਲੀ ਮੈਨੂੰ ਛੱਡ ਕੇ ਚਲੀ ਗਈ।